ਤੇ ਉਧਰ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦੇ ਇੱਕ ਖੇਤ 'ਚ 11ਵੀਂ ਸਦੀ ਦੇ ਕੁਝ ਤਾਂਬੇ ਦੇ ਸਿੱਕੇ ਅਤੇ ਹੋਰ ਸਮਾਨ ਮਿਲਿਆ ਹੈ। ਪਿੰਡ ਦਾ ਕਿਸਾਨ ਕਮਲਜੀਤ ਸਿੰਘ ਜਦੋਂ ਆਪਣੇ ਖੇਤ 'ਚ JCB ਮਸ਼ੀਨ ਨਾਲ ਖੁਦਾਈ ਕਰਵਾ ਰਿਹਾ ਸੀ ਤਾਂ ਉਸ ਵੇਲੇ ਇਹ ਸਮਾਨ ਧਰਤੀ ਹੇਠੋਂ ਨਿਕਲਿਆ ਹੈ। ਕਮਲਜੀਤ ਸਿੰਘ ਨੇ ਦੱਸਿਆ ਕਿ ਖੇਤ 'ਚ ਪੁਟਾਈ ਕਰਦੇ ਸਮੇਂ ਅਚਾਨਕ JCB ਮਸ਼ੀਨ ਦੇ ਪੰਜੇ 'ਚ ਇੱਕ ਮਟਕਾ ਫਸ ਗਿਆ। ਜਦੋਂ ਉਹਨਾਂ ਮਟਕਾ ਬਾਹਰ ਕੱਢਿਆ ਤਾਂ ਉਸ 'ਚੋਂ 11ਵੀਂ ਸਦੀ ਦੇ 25 ਤਾਂਬੇ ਦੇ ਸਿੱਕੇ ਮਿਲੇ। ਇਸ ਤੋਂ ਇਲਾਵਾ ਇੱਕ ਚੁੱਲ੍ਹਾ, ਰਾਖ, ਹੱਡੀਆਂ ਅਤੇ ਨਾਨਕਸ਼ਾਹੀ ਇੱਟ ਵੀ ਮਿਲੀ ਹੈ। ਪਿੰਡ ਵਾਸੀਆਂ ਮੁਤਾਬਕ ਚਮਿਆਰੀ ਪਿੰਡ ਭਗਤ ਪੂਰਨ ਦਿਮਤਰੀ ਮਾਂ ਲੂਣਾ ਦਾ ਪਿੰਡ ਹੈ। ਜੇਕਰ ਖੁਦਾਈ ਅਤੇ ਪੁਰਾਤਵ ਵਿਭਾਗ ਇੱਥੇ ਖੁਦਾਈ ਕਰਵਾਏ ਤਾਂ ਕਈ ਅਹਿਮ ਜਾਣਕਾਰੀਆਂ ਅਤੇ ਸਮਾਨ ਹਾਸਲ ਹੋ ਸਕਦਾ ਹੈ। ਸਿੱਕੇ ਮਿਲੇ ਥੋੜ੍ਹੇ ਦੱਸਦੇ ਆ, ਇੱਕ ਦੋ ਕੁੱਜੇ ਜੀ, ਕੁੱਜਿਆਂ ਪਤਾ ਨਹੀਂ ਕਿੰਨੇ ਨਿਕਲੇ ਆ, ਕੋਈ 20 ਹੁਣ, 40 ਹੁਣ, 50 ਹੁਣ। ਸਿੱਕੇ ਸਨ ਤਾਂ ਹੈਗੇ ਵੀ 1146 ਸੰਨ ਦੇ ਦੱਸਦੇ ਆ, ਅਤੇ ਕੋਈ ਪਤਾ ਨਹੀਂ ਲੱਗਦਾ ਵੀ ਕਿੰਨੀ ਸੰਨ ਦੇ। ਉੱਤੇ ਭਾਸ਼ਾ ਕੋਈ ਪਤਾ ਨਹੀਂ, ਕੋਈ ਅਰਬੀ ਜਾਂਦਾ, ਕੋਈ ਭਾਸ਼ਾ ਆਉਂਦਾ। ਜਿਹੜਾ ਪਿੰਡ ਮੁਕਾਮ ਦੇ ਵਿੱਚ ਕੁਛ ਪਤਾ ਲੱਗਿਆ ਹੈ ਕਿ ਉੱਥੇ ਕੁਛ ਪ੍ਰਾਈਵੇਟ ਬੰਦਿਆਂ ਨੇ ਕੋਈ ਖੁਦਾਈ ਕੀਤੀ ਹੈ। ਖੁਦਾਈ ਕਰਨ ਤੋਂ ਬਾਅਦ ਉਹਨਾਂ ਨੂੰ ਕੁਛ ਜਿਹੜੇ ਪੁਰਾਣੇ ਜਿਹੜੇ ਸਿੱਕੇ ਮਿਲੇ ਹਨ। ਮਾਮਲਾ ਧਿਆਨ 'ਚ ਆਇਆ, ਇਹਦੇ ਵਿੱਚ SHO ਜਨਾਲਾ ਨੂੰ ਕਹਿ ਦਿੱਤਾ ਗਿਆ ਹੈਗਾ ਕਿ ਉਹ ਜਾ ਕੇ ਮੌਕੇ 'ਤੇ ਜਾ ਕੇ ਉੱਥੋਂ ਦੀ ਤਫਤੀਸ਼ ਕਰਨ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਥੋੜ੍ਹੀ ਦੀ ਜਿਹੜੀ ਕਾਰਵਾਈ ਕੀਤੀ ਜਾਵੇ। ਜੇਕਰ ਇਹ ਪੁਰਾਣੇ ਹੈਗੇ ਆ ਜਾਂ ਪੁਰਾਤਨ ਹੈਗੇ ਆ ਤਾਂ ਐਟ ਗਵਰਨਮੈਂਟ ਜਿਹੜਾ ਪੋਲਿਸੀ ਹੈਗੀ ਹੈ ਕਿ ਜਿਹੜੇ ਇਹਨੂੰ ਆਪਾਂ ਆਪਣੀ ਕਸਟਡੀ 'ਚ ਲੈ ਕੇ ਅਤੇ ਜਿਹੜਾ ਕੰਸਰਨ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਹੈਂਡਓਵਰ ਕਰ ਦਿੱਤੇ ਜਾਣਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।